Yeah.
ਵੱਡਾ ਰੂਪ ਹੈ। ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਆਵਤ ਮੇਰਾ ਪੁੱਤਰ ਨਾ ਵੱਡਾ ਹੁੰਦਾ ਜਾਂ 6 ਮਹੀਨਿਆਂ ਦਾ ਹੋ ਗਿਆ, ਸਾਲ ਦਾ ਹੋ ਗਿਆ, ਹੁਣ ਖੇਡਣ ਲੱਗ ਪਿਆ। 2 ਸਾਲ ਦਾ ਹੋ ਗਿਆ, ਹੁਣ ਚੱਲਣ ਲੱਗ ਪਿਆ, ਦੌੜਨ ਲੱਗ ਪਿਆ। ਕੋਠੇ ਦੀ ਉੱਪਰ ਮਾਂ ਬੈਠੀ ਹੈ, ਖਿੱਦੋ ਨੂੰ ਸੁੱਟਦੀ ਹੈ ਅਤੇ ਬੱਚਾ ਦੌੜ ਕੇ ਖਿੱਦੋ ਪਕੜ ਕੇ ਅਤੇ ਮਾਂ ਨੂੰ ਪਕੜਾ ਦਿੱਤਾ ਅਤੇ ਮਾਂ ਕਹਿੰਦੀ ਜਨਨੀ ਜਾਣ ਤੋਂ ਸੁੱਤ ਵੱਡਾ ਹੋਤਾ ਹੈ। ਮਾਂ ਖੁਸ਼ ਹੋ ਰਹੀ ਹੈ ਕਿ ਮੇਰਾ ਪੁੱਤਰ ਨਾ ਗੇਂਦ ਪਕੜ ਲੱਗ ਪਿਆ, ਮੇਰਾ ਪੁੱਤਰ ਵੱਡਾ ਹੋ ਗਿਆ। ਕੋਠੇ ਦੀ ਉੱਪਰ ਮਾਂ ਬੈਠੀ ਹੈ, ਪੁੱਤਰ ਨੂੰ ਖੜਾ ਰਹੀ ਹੈ, ਗੇਂਦ ਸੁੱਟਦੀ ਹੈ, ਪੁੱਤਰ ਚੁੱਕ ਕੇ ਮਾਂ ਨੂੰ ਪਕੜਾ ਦੇ। ਪਰ ਇੰਨਾ ਕਾਂ ਦਾ ਰੂਪ ਬਣ ਕੇ ਬਨੇਰੇ ਤੇ ਬੈਠਾ ਹੈ, ਪੁੱਤਰ ਨੂੰ ਲਿਜਾ ਵਾਸਤੇ ਜਨਨੀ ਜਾਣ ਤੋਂ ਸੁੱਤ, ਸੁੱਤ ਕਹਿੰਦੇ ਪੁੱਤਰ ਨੂੰ, ਜਨਨੀ ਜਾਣ ਤੋਂ ਸੁੱਤ ਵੱਡਾ ਹੋਤਾ ਹੈ। ਮਾਂ ਭੋਲੀ ਨੂੰ ਇਹ ਨਹੀਂ ਪਤਾ ਗੇਂਦ ਸੁੱਟ ਗਈ ਹੈ ਕੋਟੇ ਤੇ, ਮੇਰਾ ਪੁੱਤਰ ਤੁਰਨ ਲੱਗ ਪਿਆ, ਮੇਰਾ ਪੁੱਤਰ ਗੱਲਾਂ ਕਰਨ ਲੱਗ ਪਿਆ, ਮੇਰਾ ਪੁੱਤਰ ਵੱਡਾ ਹੋ ਗਿਆ। ਇਤਨਾ ਨੂੰ ਨਾ ਜਾਣੇ ਕਿ ਦਿਨ ਦਿਨ ਅਵਧ ਘਟਦਾ ਹੈ। ਮਾਂ ਭੋਲੀ ਨੂੰ ਇਹ ਨਹੀਂ ਪਤਾ ਇੱਕ ਸਵਾਸ ਨਿਕਲ ਗਿਆ ਤੇ ਭਾਟਾ ਪੈ ਗਿਆ। ਕਹਾਂ ਪੇ ਸਾਸਾ ਸਭ ਸਭ ਰਾਗ ਦਾ
ਪੰਜਵੀਂ ਪਾਤਸ਼ਾਹੀ ਦਸਵੇਂ ਪ੍ਰਥਮ ਗੁਰ ਤੀ ਸਿਮਰ ਕੇ ਗੁਰੂ ਨਾਨਕ ਦੇ ਤੇ ਆਏ ਫਿਰ ਅੰਗਦ ਦੇ ਗੁਰੂ ਅਮਰਦਾਸ ਰਾਮ ਦਾ ਸਾਹੇ ਸਹਾਈ ਕੈਂ ਜਿਸ ਰੱਖੇ ਸਭ ਤੁਰ ਜਾਏ ਏਕ ਬਹਾਦਰ ਸਿਮਰੀਏ ਘਰ ਨਾ ਮਿਧਿਆਵੇ ਧਾਰੇ ਸਭ ਤਾਈਵੇਂ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈਵੇਂ ਸਹਾਏ ਦਸਾਂ ਕਰਕਿਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਗੀਆਂ ਤੱਕੀਆਂ ਜਿਨ੍ਹਾਂ ਨਾਮ ਜਪਿਆ ਵਰਸ ਗਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਕੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਟੀਆਂ ਰਹਾਈਆਂ ਜਲਫੜੀਆਂ ਦੇ ਚੜੇ ਤਨ ਵਾਲਿਆਂ ਨਾਲ ਜਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਲੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਬਦ ਖਾਲਸਾ ਜੀ ਕੀ ਅਰਦਾਸ ਸਬਦ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕੀਤਾ ਵੈ ਕਿਰਦਾ ਮਨ ਕਾ ਸਤਿਕਾਰ ਸਭ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਹੈ ਦੇਖ ਦੇਖ ਬੰਦੇ ਗ੍ਰੰਥ ਕੀ ਪੈਣ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਸਾਹਿਬਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਤਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਸਾਹਿਬਗੁਰੂ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਪਵਾਈ ਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਦਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸਵਾਦ ਦਾਨ ਖਾਲਸਾ ਜੀ ਨੂੰ ਬਖਸ਼ਿਓ ਜੀ ਨਮਾਣਿਆਂ ਦੇ ਮਾਣ ਟਿਕਾਣਿਆਂ ਦੇ ਤਾਣ ਜੋਟਿਆਂ ਦੀ ਓਟ ਪੱਤਿਆਂ ਦੇ ਪੱਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਯੂਰ ਚਰਨ ਕਮਲਾਂ ਵਾਸ ਅਰਦਾਸ ਬੇਨਤੀ ਆਪ ਜੀ ਦੇ ਗੁਰਬਾਣੀ ਦੇ ਮੁੱਖ ਵਾਕ ਦੇਹਾ ਜੀ ਲਿਖਿਆ ਦੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੇ ਜਾਏ ਰਾਣਾ ਰਾਵ ਨਾ ਗੁਰ ਹੈ ਰੰਗ ਨਾ ਤੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀ ਦੇ ਮਾਂ ਬਾਪ ਅਨੁਸਾਰ ਆਪ ਜੀ ਨੇ ਦਰ ਘਰ ਦੇ ਸੇਵਦਾਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਲੰਬੜਦਾਰ ਸਾਹਿਬ ਜਿੰਨੀ ਸਵਾਸਾ ਪੂੰਜੀ ਆਪ ਜੀ ਨੇ ਬਖਸ਼ਿਸ਼ ਕੀਤੀ ਜਿਸ ਨੂੰ ਸਫਲ ਕਰਦਿਆਂ ਹੋਇਆ ਕੁਝ ਦੂਰ ਪਹਿਲਾਂ ਆਪ ਜੀ ਦੇ ਹੁਕਮ ਅਨੁਸਾਰ ਕਾਰ ਚਲਾਉਣਾ ਕਰ ਗਏ ਹਨ ਸਵਾਜ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅੰਤਮ ਅਰਦਾਸ ਦੇ ਸਵਾਦ ਅੰਦਰ ਸਵਾ ਸੰਗਤਾਂ ਨੇ ਆਪ ਜੀ ਦੇ ਦਰਬਾਰ ਦੀਆਂ ਮਾਲਤੀਆਂ ਭਰੀਆਂ ਸੇਵ ਪ੍ਰਵਾਦ ਦੇ ਗ੍ਰਹਿ ਕੇ ਅੰਮ੍ਰਿਤ ਵੇਲੇ ਸ੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਆਪ ਜੀ ਦੇ ਨਿੱਜੀ ਅਸਥਾਨਾਂ ਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾਂ ਦੇ ਵਾਹਾਂ ਮਾਕਾ ਅਨੁਸਾਰ ਰਾਗ ਮਈ ਕੀਰਤਨ ਕਥਾ ਜੀ ਕੀ ਅਰਦਾਸ ਛੇ ਪੌੜੀ ਅਨੰਦ ਸਾਹਿਬ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਭੁਜ ਘੁਮਾਵ ਕਰਨਾ ਗੁਰਬਾਣੀ ਬੜੀ ਸੁਣੀ ਸੱਚਖੰਡ ਸੋਧ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਆਪ ਜੀ ਵਿਛੜੇ ਰੂਪ ਨੂੰ ਪ੍ਰਾਪਤ ਕਰਨਾ ਜਨਮ ਰਤ ਰਹਿ ਕਰਨਾ ਪਿੱਛੇ ਪਰਿਵਾਰ ਨੂੰ ਸਾਗ ਸੰਬੰਧੀ ਸੰਗਤਾਂ ਨੂੰ ਭਾਣਾ ਮਰਨ ਦਾ ਬਲ ਬਸ਼ਿਸ਼ ਕਰਨਾ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਦਾਦਾਈਆਂ ਸੰਗਤਾਂ ਦੀ ਹਾਜ਼ਰੀ ਤਨ ਤੇ ਪਰਿਵਾਰ ਕਰਨੀ ਸਿਰ ਤੇ ਮੇਲ ਭਰਿਆ ਰੱਖਣੇ ਭਾਈ ਦਲਜੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਨਿਮਿੱਤ ਗੁਰਦੁਆਰਾ ਸਾਹਿਬ ਵਾਸਤੇ ਵੱਡਾ ਏਸੀ 11 ਖਾਟ ਬਿਸਤਰਾ ਵਸਤਰ ਭਾਂਡੇ ਜੋੜਾ ਮੰਜਾ ਆਦਿ ਵਸਤਾਂ ਹਾਜ਼ਰ ਕੀਤੀਆਂ ਨੇ ਅਤੇ ਗੁਰਦੁਆਰਾ ਬਾਬਾ ਲੋਕੀ ਵਾਸਤੇ 5100 ਰੁਪਈਆ ਦੁਰਗਿਆਣਾ ਮੰਦਰ ਵਾਸਤੇ 5100 ਰੁਪਈਆ ਸ਼ੀਤਲਾ ਮਾਤਾ ਮੰਦਰ ਵਾਸਤੇ 5100 ਰੁਪਈਆ ਦਾਨ ਕਰਾਉਂਦੇ ਨੇ ਜਿਨ੍ਹਾਂ ਪਿੰਡਾਂ 'ਚੋਂ ਮਾਇਆ 100 ਰੁਪਈਆ ਨੇ ਭਰਪੂਰ ਨੇ ਕਾਲਖੰਡੇ ਕੰਨਿਆ ਵਸਤੂਆਂ ਦਾ ਭਾਵ ਮਾਇਆ ਦਾ ਭਾਵ ਆਪ ਜੀ ਨੇ
ਸੇਵਾ ਦਾ ਭਾਵ ਵਿਸ਼ੇ ਰੂਹ ਬਖਸ਼ ਕਰਨਾ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਅੰਗ ਸੰਗ ਹੋ ਕੇ ਸਦਾਈ ਹੋਣਾ ਜੀ। ਦਾਰਾਈਆਂ ਸੰਗਤਾਂ ਦੇ ਹਾਲੇ ਦਾਤੇ ਪ੍ਰਵਾਨ ਕਰੇ ਸੰਸਾਰ ਦੇ ਵਿੱਚ ਧਿਆਨ ਭਾਈ ਦਜੀਤ ਸਿੰਘ ਜੀ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਕਰਦੀਆਂ ਹੋਈਆਂ ਹੋਣਗੀਆਂ। ਭੁੱਲਾਂ ਨੂੰ ਨਾ ਚਿਤਾਰਦੇ ਸਦੀਵੀ ਕਾਲ ਆਪਣੇ ਚੰਨਾ ਚਨਵਾਸ ਵਚਿਸ ਕਰਨਾ ਅੰਗ ਸੰਗ ਹੋ ਕੇ ਸਹਾਈ ਹੋਣਾ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਰੱਖਣੇ ਭਾਈ ਦਲਜੀਤ ਸਿੰਘ ਜੀ ਲੰਬੜਦਾਰ ਸਾਹਿਬ ਦੇ ਸਮੂਹ ਪਰਿਵਾਰ ਗੁਰੂ ਆਪ ਜੀ ਦੇ ਵੀਰ ਬਖਸ਼ੀਆਂ ਹੋਈਆਂ ਦਾਤਾਂ ਅੰਦਰ ਪੰਚਮਈ ਕੜਾ ਪ੍ਰਸ਼ਾਦੀਆਂ ਦੇ ਕਾਂ ਹਾਜ਼ਰ ਨੇ। ਦਾਤ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਓ। ਜੋ ਜੀ ਸਕੇ ਆਪ ਜੀ ਦਾ ਸਤਨਾਮ ਵਾਹਿਗੁਰੂ ਨਾਲ ਦੇ ਸੰਤਾਂ ਨੇ ਬੇਅੰਤ ਦਾਤ ਕਰਵਾਇਆ ਹਜ਼ਰ ਦੀ ਸੱਚੇ ਪਾਤਸ਼ਾਹ ਜੀ ਪਿਆ ਨੇ ਭਰਪੂਰ ਕਰਨੇ ਕਾਲ ਗੰਢਾ ਜੋਗ ਨੇ ਆਪਣਾ ਮਿੱਠਾ ਆਸ਼ੀਰਵਾਦ ਪਵਿੱਤਰ ਨਾਇਕਮ ਬਖਸ਼ਿਓ ਹੁਕਮ ਦੇ ਚਲਨ ਦੀ ਸਮਰੱਥਾ ਬਖਸ਼ਿਓ ਸਹੀ ਪਿਆਰਿਆਂ ਦੇ ਮੇਲ ਕਰਾਉਣੇ ਜਿਨ੍ਹਾਂ ਮਿਲਿਆ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਭਈਆ ਕਾਲੇ ਕੀ ਮਾਰੋ ਤੂੰ ਠਾਕੁਰ ਸਿਰ ਮੋਰਾ
दान दे प्रभु भने इन में अब किन में अब अचरज चरत तुम्हारे रूढ़ो कूड़ो गैर गंभीरो ऊंचो अगमा पारे साध संग जो तुम्हें मिलायो तो सुनी तुम्हारी वाणी अंत पे आपे तक ही नानक प्रताप पुरख निर्वाणी साध संग जो तुम्हें मिलायो तो सुनी तुम्हारी वाणी अंत पे आपे तक ही नानक प्रताप पुरख निर्वाणी वाहिगुरु जी का खालसा वाहिगुरु जी की फतेह सबद गुरु रेडियो चल के आई सब संगत गुरु परिवार वालों अति धन्यवाद किया जाता है जिन्होंने सबक की घड़ी के शरीक होकर गुरु साझा किया है सारिया संगत गुरु परिवार वालों तय दिल धन्यवाद है। हम गुरु परिवार का कोई भी जी आके गुरु नानक के घर की बख्शिश गुरुद्वारा साहब की प्रबंध कमेटी वालों दिखती जाएगी अक्षय बैठने की कृपालता करनी सरमा लैन की कृपालता करना हाँ।